ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਦੀ ਪ੍ਰੋਫੈਸਰ ਤੇ ਹਾਂਜੀ ਦੋਸਤੋ ਅੱਜ ਆਪਾਂ ਹਾਜ਼ਰ ਹੋਇਆ ਬਹੁਤ ਹੀ ਇੰਪੋਰਟੈਂਟ ਕੁਐਸਚਨ ਜੇ ਲੈ ਕੇ ਤੁਹਾਡੇ ਲਈ ਸੋ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਣਾ ਜੋ ਵੀ ਚੈਨਲ ਉੱਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜੀ ਸਟੱਡੀ ਰਿਲੇਟਿਡ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਤੇ ਬੈਲ ਆਈਕਨ ਜ਼ਰੂਰ ਆਨ ਕਰ ਲੈਣਾ ਤਾਂ ਵੀ ਜੋ ਨਵੀਂ ਵੀਡੀਓ ਆਉਂਦੀ ਆ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਅੱਜ ਆਪਾਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਜਿਹੜੇ ਲੈ ਕੇ ਆਏ ਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ 8ਵੀਂ ਕਲਾਸ ਦੇ ਪੇਪਰ ਵਿੱਚ ਆਉਣ ਵਾਲੇ ਇੰਪੋਰਟੈਂਟ ਕੁਐਸਚਨ ਜ ਦੱਸਾਂਗੇ ਸੋ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਜਿਹੜਾ ਤੁਹਾਡਾ ਪਹਿਲਾ ਪ੍ਰਸ਼ਨ ਆਏਗਾ ਠੀਕ ਹੈ ਉਹ ਇੱਕ ਕਿਕ ਨੰਬਰ ਦੇ 98 ਠੀਕ ਹੈ ਹੇਠ ਦੇ ਇੱਥੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ ਠੀਕ ਹੈ ਜਿਹੜਾ ਪਹਿਲਾ ਪ੍ਰਸ਼ਨ ਹੈਗਾ 50 ਪੈਸੇ ਦਾ ਰਪਏ 5:9 ਅਨੁਪਾਤ ਕੀ ਹੋਵੇਗਾ ਠੀਕ ਹੈ ਇਹ ਪਹਿਲਾ ਪ੍ਰਸ਼ਨ ਹੈ ਇਹਦੇ ਆਨਸਰ ਦਿੱਤੇ ਹੋਏ ਨੇ ਠੀਕ ਹੈ ਚਾਰ ਇਹਨਾਂ ਚੋਂ ਇੱਕ ਦੇਣਾ ਤੁਸੀਂ ਆਨਸਰ ਠੀਕ ਹੈ ਬਾਕੀ ਦੂਜਾ ਕੁਐਸਚਨ ਆਏਗਾਗਾ 400 ਦਾ 20% ਪਤਾ ਕਰੋ ਠੀਕ ਹੈ ਇਹ ਵੀ ਚਾਰ ਆਪਸ਼ਨਾਂ ਨੇ ਆਨਸਰ ਦੇਣਾ ਠੀਕ ਹੈ ਤੀਜਾ ਜਿਹੜਾ ਪ੍ਰਸ਼ਨ ਹੈਗਾ ਗੁਣਨਫਲ ਪਤਾ ਕਰੋ ਠੀਕ ਹੈ ਬ੍ਰੈਕਟ a ਦੀ ਪਾਵਰ 2 ਗੁਣਾ 2a ਦੀ ਪਾਵਰ b ਠੀਕ ਹੈ ਗੁਣਾ 4 ਦੀ ਪਾਵਰ 26 ਠੀਕ ਹੈ ਆਨਸਰ ਦਿੱਤੇ ਹੋਏ ਨੇ ਇੰਨਾ ਚੁ ਦਿਨ ਤੁਸੀਂ ਨੇ ਠੀਕ ਹੈ ਅੱਗੇ ਆ ਗਿਆ ਤੁਹਾਡਾ ਚੌਥਾ ਪ੍ਰਸ਼ਨ ਠੀਕ ਹੈ ਇੱਕ ਕਾਇਦੇ ਦੀ ਲੰਬਾਈ 3x ਅਤੇ ਚੜਾਈ 4y ਹੈ ਤਾਂ ਖੇਤਰਫਲ ਪਤਾ ਕਰਨਾ ਠੀਕ ਹੈ ਤੁਸੀਂ ਨੇ ਅੱਗੇ ਤੁਹਾਡਾ ਆ ਗਿਆ ਪੰਜਵਾਂ ਪ੍ਰਸ਼ਨ ਠੀਕ ਹੈ ਮੁੱਲ ਪਤਾ ਕਰੋ 2 ਦੀ ਪਾਵਰ -3 ਠੀਕ ਹੈ ਇਹਦੇ ਵੀ ਚਾਰ ਆਪਸ਼ਨ ਦਿੱਤੇ ਮੈਨੂੰ ਠੀਕ ਹੈ ਤੁਸੀਂ ਆਨਸਰ ਪਤਾ ਕਰਨਾ ਹੈ ਅੱਗੇ ਛੇਵਾਂ ਪ੍ਰਸ਼ਨ ਆ ਗਿਆ ਠੀਕ ਹੈ a ਦੀ ਪਾਵਰ 0 ਠੀਕ ਹੈ ਦਾ ਮੁੱਲ ਪਤਾ ਕਰਨਾ ਤਾਂ ਬਹੁਤ ਈਜ਼ੀ ਹੈ ਠੀਕ ਹੈ ਅੱਗੇ 7ਵਾਂ ਪ੍ਰਸ਼ਨ ਆ ਗਿਆ 2/ 2xy ਦਾ ਸਾਂਝਾ ਗੁਣਨਖੰਡ ਪਤਾ ਕਰੋ ਠੀਕ ਹੈ ਅੱਗੇ ਤੁਹਾਡਾ 8ਵਾਂ ਪ੍ਰਸ਼ਨ ਆ ਗਿਆ ਦਿੱਤੇ ਗਏ ਗ੍ਰਾਫ ਵਿੱਚੋਂ ਬਿੰਦੂ B ਦੇ ਨਿਰਦੇਸ਼ ਅੰਕ ਦੱਸੋ ਠੀਕ ਹੈ ਇੱਧਰ ਗ੍ਰਾਫ ਦਿੱਤਾ ਹੋਇਆ ਇਹਦੇ ਵਿੱਚ ਤੁਹਾਨੂੰ ਅਨਸਰ ਪਤਾ ਕਰਨਾ ਵੀ ਕੀ ਆਊਗਾ ਅੱਗੇ ਤੁਹਾਡੇ ਚਾਰ ਪ੍ਰਸ਼ਨ ਆ ਗਏ ਠੀਕ ਹੈ ਇੱਕ 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 ਨੰਬਰ ਦੇ ਸਹੀ ਗਲਤ ਆ ਗਏ ਠੀਕ ਹੈ ਅੱਗੇ ਦਿੱਤੇ ਪ੍ਰਸ਼ਨ ਲਈ ਸਹੀ ਗਲਤ ਚੁਣੋ ਠੀਕ ਹੈ ਇਹਦਾ ਪਹਿਲਾ ਪ੍ਰਸ਼ਨ ਆ ਗਿਆ ਅੰਕਿਤ ਮੁੱਲ ਅਤੇ ਦਿੱਤੀ ਗਈ ਛੂਟ ਕਟੋਤੀ ਖਵਾਉਂਦੀ ਹੈ ਇਹ ਸਹੀ ਹੈ ਜਾਂ ਗਲਤ ਠੀਕ ਹੈ ਅੱਗੇ ਦੂਜਾ ਕੁਐਸਚਨ ਆ ਗਿਆ ਚਲਾ ਅਤੇ ਚਲਾ ਨਾਲ ਵਿਅੰਜਕ ਬੰਦੇ ਹਨ ਇਹ ਵੀ ਸਹੀ ਗਲਤ ਆ ਦੇਖ ਲਿਓ ਠੀਕ ਹੈ ਅੱਗੇ ਤੀਜਾ ਆ ਗਿਆ ਬ੍ਰੈਕਟ a ਦੀ ਪਾਵਰ m ਬ੍ਰੈਕਟ a n ਬਰਾਬਰ ਹੈ a द पावर एम प्लस एन ठीक है ये भी सही गलत है ठीक है देख लियो अगे चौथा प्रश्न आ गया थ्री एक्स दी पावर दो बटे थ्री एक्स दी पावर दो बराबर है जीरो ठीक है ये भी सही गलत है अगे आ गया खाली स्थान भरने ठीक है ये कि एक नंबर दियाँ चार आनियाँ ठीक है पहला प्रश्न आ गया ये अठाई एक्स द पावर दो वनड सपंजा एक्स बराबर है ठीक है आंसर देख लो तीस इन्हें आगे आ गया थोड़ा दूजा क्वेश्चन ਜੋ ਆંકੜੇ ਸਮੇਂ ਦੇ ਨਾਲ-ਨਾਲ ਬਦਲਦੇ ਰਹਿੰਦੇ ਹਨ ਉਹਨਾਂ ਨੂੰ ਦਰਸਾਉਣ ਲਈ ਡੈਸ਼ ਦੀ ਵਰਤੋਂ ਹੁੰਦੀ ਹੈ ਠੀਕ ਹੈ ਤੁਹਾਡੇ ਆਨਸਰ ਨੇਠਾ ਅੱਗੇ 3 ਤੀਜਾ ਕੁਐਸਚਨ ਆ ਗਿਆ 5a 3a ਦੀ ਪਾਵਰ 2 7a ਦੀ ਪਾਵਰ 4 ਦਾ ਗੁਣਨਫਲ ਡੈਸ਼ ਹੈ ਠੀਕ ਹੈ ਇਹ ਅਨਸਰ ਹੈ ਤੁਹਾਡੇ ਦੇਖ ਲਿਓ ਬਾਕੀ ਚੌਥਾ ਕੁਐਸਚਨ ਆ ਗਿਆ 3.52 10 ਦੀ ਪਾਵਰ 5 ਦਾ ਸਧਾਰਨ ਰੂਪ ਡੈਸ਼ ਹੈ ਇਹ ਵੀ ਅਨਸਰ ਲੜੀ ਦਿੱਤੇ ਨੇ ਇਹਨਾਂ 'ਚ ਦੇਖ ਲਿਓ ਠੀਕ ਹੈ ਅੱਗੇ 4 ਪ੍ਰਸ਼ਨ ਦੋ ਦੋ ਨੰਬਰਾਂ ਦੇ ਆ ਜਾਣਗੇ ਤੁਹਾਡੇ 8 ਨੰਬਰਾਂ ਦੇ ਟੋਟਲ ਇਹ ਚੌਥਾ ਪ੍ਰਸ਼ਨ ਹੈਗਾ 25 ਵਿਦਿਆਰਥੀਆਂ ਵਿੱਚੋਂ 72% ਵਿਦਿਆਰਥੀ ਗਣਿਤ ਵਿੱਚ ਚੰਗੇ ਹਨ ਕਿੰਨੇ ਵਿਦਿਆਰਥੀ ਗਣਿਤ ਵਿੱਚ ਚੰਗੇ ਨਹੀਂ ਹਨ ਠੀਕ ਹੈ ਇਹ ਜਿਹੜਾ ਕੁਸ਼ਣ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਧਿਆਨ ਨਾਲ ਦੇਖ ਲਓ ਇਹ ਹਰ ਇੱਕ ਵਾਰ ਤੁਹਾਡੇ ਪੇਪਰ ਵਿੱਚ ਆਉਂਦਾ ਠੀਕ ਹੈ ਅੱਗੇ ਪੰਜਵਾਂ ਪ੍ਰਸ਼ਨ ਆ ਗਿਆ ਇੱਕ ਦੁਕਾਨਦਾਰ 2400 ਵਿੱਚ 80 ਵਸਤੂਆਂ ਖਰੀਦਾ ਹੈ ਅਤੇ ਉਹਨਾਂ ਨੂੰ 14% ਲਾਭ ਤੇ ਵੇਚਦਾ ਹੈ ਇੱਕ ਵਸਤੂ ਦਾ ਵੇਚ ਮੁੱਲ ਪਤਾ ਕਰਨਾ ਠੀਕ ਹੈ ਤੁਸੀਂ ਨੇ ਅੱਗੇ ਛੇਵਾਂ ਪ੍ਰਸ਼ਨ ਆ ਗਿਆ ਬ੍ਰੈਕਟ x 4 ਅਤੇ ਬ੍ਰੈਕਟ 2x 3 ਬ੍ਰੈਕਟ ਨੂੰ ਗੁਣਾ ਕਰੋ ਠੀਕ ਹੈ ਅੱਗੇ ਸੱਤਵਾਂ ਪ੍ਰਸ਼ਨ ਆ ਗਿਆ ਤਤਸਮਕਾ ਦੇ ਉਪਯੋਗ ਨਾਲ 99 ਦੀ ਬਾਵਰ ਦੋ ਦਾ ਮੁੱਲ ਪਤਾ ਕਰਨਾ ਠੀਕ ਹੈ ਤੁਸੀਂ ਨੇ ਅੱਗੇ ਪਾਰਟ ਸੀ ਆ ਗਿਆ a ਹੈਗੇ ਨੇ ਚਾਰ ਕੁਐਸਚਨ ਚਾਰ-ਚਾਰ ਨੰਬਰਾਂ ਦੇ ਟੋਟਲ 16 ਨੰਬਰਾਂ ਦੇ ਠੀਕ ਹੈ ਅੱਗੇ ਸਰ ਲਗਾਨਾ ਠੀਕ ਹੈ ਫਾਰਮੂਲਾ ਤੁਸੀਂ ਨੇ ਇਹ 4 ਨੰਬਰ ਦਾ ਠੀਕ ਹੈ ਅੱਗੇ ਨੌਵਾਂ ਪ੍ਰਸ਼ਨ ਆ ਗਿਆ a ਦੀ ਪਾਵਰ 2 8a 16 ਦੇ ਗੁਣਨ ਖੰਡ ਬਣਾਓ ਠੀਕ ਹੈ ਇਹ ਵੀ 4 ਨੰਬਰਾਂ ਦਾ ਠੀਕ ਹੈ ਅੱਗੇ 10ਵਾਂ ਪ੍ਰਸ਼ਨ ਆ ਗਿਆ ਨਿਰਦੇਸ਼ ਅਨਸਾਰ ਭਾਗ ਕਰੋ 26x22 (x 5) (22 4) ਭਾਗਤ 13x(4-4) ਦੇ ਵਿੱਚ ਜਾਂ ਜੂਜਾ a ਦੀ ਪਾਵਰ 4 b ਦੀ ਪਾਵਰ 4 ਦੇ ਗੁਣਖੰਡ ਬਣਾਓ ਠੀਕ ਹੈ ਇਹ ਜਾਂ ਆ ਜੂਗੀ ਜਾਂ ਅੱਗੇ ਆ ਜਾਣਗੇ 11ਵਾਂ ਪ੍ਰਸ਼ਨ ਹੇਠ ਦਿੱਤੇ ਬਿੰਦੂਆਂ ਨੂੰ ਇੱਕ ਗ੍ਰਾਫ ਸੀਟ ਤੇ ਅੰਕਿਤ ਕਰੋ ਅਤੇ ਜਾਂਚ ਕਰੋ ਕਿ ਇਹ ਸਾਰੇ ਸਲ ਰੇਖਾ ਤੇ ਸਥਿਤ ਹਨ ਠੀਕ ਹੈ ਤੁਹਾਡੇ ਆਨਸਰ ਨੇ ਇਹਨੂੰ ਤੁਸੀਂ ਗ੍ਰਾਫ ਤੇ ਅੰਕਿਤ ਕਰਨਾ ਠੀਕ ਹੈ ਅੱਗੇ ਤੁਹਾਡਾ ਆਜੂ ਜਾਂ ਟੱਕਵੇਂ ਬਵਾਨੇ ਦੀ ਵਰਤੋਂ ਕਰਦੇ ਹੋਏ ੇਠਾ ਦਿੱਤੀ ਸਾਰਣੀ ਵਿੱਚ ਦਿੱਤੀਆਂ ਗਈਆਂ ਰਾਸ਼ੀਆਂ ਦੇ ਲਈ ਗਰਾਫ ਬਣਾਓ ਠੀਕ ਹੈ ਇਹ ਕੁਐਸਚਨ ਜਿਹੜਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਹਾਈ ਬਾਰ ਪੇਪਰ ਦੇ ਵਿੱਚ ਆਉਂਦਾ ਠੀਕ ਹੈ ਇਹਨੂੰ ਧਿਆਨ ਨਾਲ ਦੇਖ ਲਓ ਤੁਸੀਂ ਆਹ ਵਾਲੇ ਨੂੰ ਜਿੱਦਾਂ ਕਿ ਛੇਬਾਂ ਦੀ ਸੰਖਿਆ 1 2 3 4 5 ੇਠਾ ਕੋਸਟ ਆਜੂ 5 10 15 20 25 ਠੀਕ ਹੈ ਇਹ ਬਹੁਤ ਜ਼ਿਆਦਾ ਈਜ਼ੀ ਹੈਗਾ ਇਹ ਹਰ ਇੱਕ ਵਾਰ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਆਉ ਉਹ ਇਸ ਨੂੰ ਧਿਆਨ ਨਾਲ ਦੇਖ ਲਓ ਠੀਕ ਹੈ ਬਾਕੀ ਜੇ ਤੁਹਾਨੂੰ ਕੋਈ ਵੀ ਕਲਾਸ ਦਾ ਪੇਪਰ ਜਾਂ ਪੀਡੀਐਫ ਚਾਹੀਦਾ ਹੋਵੇ ਤਾਂ ਕਮੈਂਟ ਜਰੂਰ ਕਰ ਦਿਓ ਬਾਕੀ ਹੋਰ ਸਟੱਡੀ ਰਿਲੇਟਡ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਰਿਕਵ ਸਟੱਡੀ ਰਿਲੇਟਡ ਵੀਡੀਓ ਜਿਹੜਾ ਲੈ ਕੇ ਆਉਣੇ ਰਹੇ ਹਾਂ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਕੋਈ ਵੀ ਪੀਡੀਐਫ ਚਾਹੀਦਾ ਹੋਇਆ ਤਾਂ ਕਮੈਂਟ ਜਰੂਰ ਕਰ ਦਿਓ ਬਾਕੀ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਧੰਨਵਾਦ ਆਹ ਕੁਐਸਚਨ ਤੁਸੀਂ ਧਿਆਨ ਨਾਲ ਦੇਖ ਲਓ ਠੀਕ ਹੈ